ਸੋ ਹੁਣ ਕਿ ਆ ਜਾ ਕਮਿਊਨਿਸਟ ਦੀ ਗੱਲ ਇਹ ਕਿਉਂ ਮੈਨੂੰ ਕਹਿੰਦੇ ਆ ਇਸ ਵਾਸਤੇ ਕਿ ਇਹਨਾਂ ਨੂੰ ਇੱਕ ਤਾਂ ਮੇਰੀ ਫੋਟੋ ਮਿਲ ਗਈ ਜਿਸ ਜਿਹੜੀ ਕਿ ਮੇਰੀ ਕੇਸਦਾਰੀ ਨਹੀਂ ਸੀਗੇ ਪਹਿਲੇ ਜ਼ਮਾਨੇ ਦੀ ਫੋਟੋ ਸੀ ਪਰ ਮੈਂ ਕਾਫੀ ਦੇਰ ਕੇਸਦਾਰੀ ਮੈਂ ਕਾਫੀ ਲੇਟ ਰੱਖੇ ਆ ਅਤੇ ਉਹ ਉਸ ਨੂੰ ਮੁੱਖ ਰੱਖ ਕੇ ਵਾਰ ਵਾਰ ਕਮਿਊਨਿਸਟ 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 ਕਹਿ ਰਿਹਾ ਮੈਂ ਉਸ ਵੇਲੇ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਓਪਨ ਦਾ ਬਾਸਕਿਟਬਾਲ ਦਾ ਮੈਂਬਰ ਸੀ ਉਹਦੀ ਸਾਈਟ 'ਤੇ ਪੰਜਾਬ ਬਾਸਕਿਟਬਾਲ ਦੀ ਅਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਉੱਥੇ ਲਿਖਿਆ ਇੰਟਰਨੈਸ਼ਨਲ ਪਲੇਅਰਸ ਦੀ ਲਿਸਟ ਉਹਦੇ ਵਿੱਚ ਮੇਰਾ ਨਾਂ ਪਾਲ ਸਿੰਘ ਪੁਰੇਵਾਲ ਸੋ ਮੇਰੀਆਂ ਕਈਆਂ ਫੀਲਡਾਂ ਵਿੱਚ ਮੈਂ ਪਹਿਲਾ ਸਿੱਖ ਹਾਂ ਬਾਸਕਿਟਬਾਲ ਦੇ ਵਿੱਚ ਪੰਜਾਬ ਨੂੰ ਅਤੇ ਯੂਨੀਵਰਸਿਟੀ ਨੂੰ ਰੈਪ੍ਰਜੈਂਟ ਕਰਨ ਲਈ ਮੈਂ ਪਹਿਲਾ ਸਿੱਖ ਹਾਂ ਪੰਜਾਬ ਨੂੰ ਚੈੱਸ ਵਿੱਚ ਸ਼ਤਰੰਜ ਵਿੱਚ ਰਿਪ੍ਰਜੈਂਟ ਕਰਨ ਲਈ 1961 ਵਿੱਚ ਪੰਜਾਬ ਦੀ ਚੈੱਸ ਦੀ ਸ਼ਤਰੰਜ ਦੀ ਟੀਮ ਵਿੱਚ ਸੀ ਅਤੇ ਅਸੀਂ ਹੈਦਰਾਬਾਦ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਉੱਥੇ ਮੈਨੂਅਲ ਐਰਨ ਚੈਂਪੀਅਨ ਸੀ ਉਸ ਸਾਲ ਉਸਨੇ ਪੁਸਤਕ ਲਿਖੀ ਚੈੱਸ ਹਿਸਟਰੀ ਆਫ ਇੰਡੀਆ ਤਾਂ ਉਸ ਕਿਤਾਬ ਦਾ ਪੰਜਾਬੀ ਸੈਕਸ਼ਨ ਲਿਖਣ ਲਈ ਉਹਨਾਂ ਨੇ ਮੈਨੂੰ ਕਿਹਾ ਉਸ ਪੁਸਤਕ ਦੇ ਵਿੱਚ ਉਹ 3-4 ਸਾਲ ਹੀ ਹੋਏ ਆ ਜੀ ਛਪੀ ਨੂੰ ਉਸ ਦੇ ਵਿੱਚ ਮੇਰੀ ਇਸ ਰੂਪ ਵਿੱਚ ਫੋਟੋ ਵੀ ਆ ਚੈੱਸ ਹਿਸਟਰੀ ਆਫ ਇੰਡੀਆ ਵਿੱਚ ਅਤੇ ਨਾਲੇ ਪੰਜਾਬੀ ਸੈਕਸ਼ਨ ਉਹ ਪੜ੍ਹਨ ਵਾਲਾ ਆ ਤੁਸੀਂ ਪੜ੍ਹੋਗੇ ਇੰਜੋਏ ਕਰੋਗੇ ਮੈਂ ਆਪਣੇ ਪਿੰਡ ਦਾ ਲਿਖਿਆ ਵੀ ਸਾਡੇ ਪਿੰਡ ਵਿੱਚ ਸ਼ਤਰੰਜ ਦੀ ਕਿੰਨੀ ਉੱਚੀ ਲੈਵਲ ਦੀ ਖੇਲੀ ਜਾਂਦੀ ਸੀ ਉੱਧਰ ਵੀ ਮੈਂ ਪਹਿਲਾ ਸਿੱਖ ਹਾਂ ਫਿਰ ਮੈਂ ਪਹਿਲਾ ਸਿੱਖ ਹਾਂ ਕੰਪਿਊਟਿੰਗ ਫੀਲਡ ਵਿੱਚ 1969 'ਚ ਮੇਰਾ ਪਹਿਲਾ ਕੰਪਿਊਟਿੰਗ ਪ੍ਰੋਗਰਾਮ ਲਿਖਿਆ ਜਦੋਂ ਕਿਸੇ ਨੂੰ ਇੱਥੇ ਪਤਾ ਵੀ ਨਹੀਂ ਸੀ ਵੀ ਕੰਪਿਊਟਰ ਕੀ ਹੁੰਦੇ ਆ ਉਹ ਬੇਸਿਕ ਲੈਂਗੁਏਜ ਦੇ ਵਿੱਚ ਮੇਰਾ ਪ੍ਰੋਗਰਾਮ ਲਿਖਿਆ ਹੈ ਕੰਪਿਊਟਿੰਗ ਫੀਲਡ ਵਿੱਚ ਸੋ ਇਹ ਮੇਰੀਆਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀਆਂ ਮੈਂ ਉਸਦਾ ਲੱਖ ਲੱਖ ਸ਼ੁਕਰ ਅਦਾ ਕਰਦਾ ਹਾਂ ਇਹ ਕਮਿਊਨਿਸਟ ਦੇ ਸੰਬੰਧ ਵਿੱਚ ਦਾਸ ਨੇ 29 ਸਾਲ ਐਡਮਿੰਟਨ ਦੇ ਗੁਰੂ ਘਰਾਂ ਵਿੱਚ ਤੁੰਦਾ ਸਾਹਿਬ ਜਾਣਦੇ ਸਾਰੇ ਗੁਰੂ ਘਰਾਂ ਨੂੰ ਐਡਮਿੰਟਨ ਦੇ ਨੂੰ ਮੈਂ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਲਾਈਆਂ ਜਦੋਂ ਕਿ ਮੇਰੀ ਪ੍ਰੋਫੈਸ਼ਨਲ ਜੋਬ ਸੀ ਮੈਨੇਜਰ ਸੀ ਕੰਪਿਊਟਰ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਅਤੇ ਇੱਕ ਜਿਹੜੀ ਆ ਗੱਲ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਮੈਂ ਸਿੱਖ ਸੁਸਾਇਟੀ ਆਫ ਅਲਬਰਟਾ ਦਾ ਚੇਅਰਮੈਨ ਸੀ 83-84 ਦੇ ਵਿੱਚ ਫਿਰ 1999 ਤੋਂ ਪਹਿਲੀ ਨਗਰ ਕੀਰਤਨ ਕਮੇਟੀ ਐਡਮਿੰਟਨ 'ਚ ਬਣੀ ਉਸ ਦਾ ਮੈਂ ਪਹਿਲਾ ਚੇਅਰਮੈਨ ਸੀ ਸਾਡੇ 3 ਗੁਰੂ ਘਰ ਲੜ ਕੇ ਨਗਰ ਕੀਰਤਨ ਸਜਾਉਂਦੇ ਆ ਵਾਰੀ ਵਾਰੀ ਉਹਨਾਂ ਦਾ ਚੇਅਰਮੈਨ ਹੁੰਦਾ ਆ ਮੈਂ 6 ਸਾਲ ਚੇਅਰਮੈਨ ਰਿਹਾ 6 ਸਾਲ ਸੈਕਟਰੀ ਅਤੇ 6 ਸਾਲ ਮੈਂਬਰ ਹੁਣ ਇਸ ਸਾਲ ਵੀ ਮੈਂ ਮੈਂਬਰ ਹਾਂ 1999 ਤੋਂ ਲੈ ਕੇ ਸੋ ਇੰਨਾ ਕੁ ਮੈਂ ਕਮਿਊਨਿਸਟ ਹਾਂ ਘਰ ਗੁਰੂ ਮਹਾਰਾਜ ਦਾ ਪ੍ਰਕਾਸ਼ ਰੱਖਿਆ ਬਹੁਤ ਸਾਲ ਜਦੋਂ ਅਸੀਂ ਦੋਵੇਂ ਬਿਰਧ ਹੋ ਗਏ ਫਿਰ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਮਹਾਰਾਜ ਦਾ ਸਰੂਪ ਉੱਥੇ ਰੱਖਿਆ ਹੁੰਦੇ ਅਤੇ ਅਸੀਂ ਸਾਡਾ ਨਿਯਮ ਸੀ ਕਿ ਵਿਸਾਖੀ 'ਤੇ ਇੱਕ ਪਾਠ ਦਾ ਭੋਗ ਪਾਉਣਾ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ 'ਤੇ ਸੋ 20-25 ਸਾਲਾਂ ਵਿੱਚ ਸਾਡੇ ਆਸੀ ਆਦਮੀ ਤੀਵੀਂ ਨੇ ਤੁਸੀਂ ਜਨਮ ਦੇ ਕੇ ਲੱਭ ਲਓ ਵੀ ਕਿੰਨੇ ਕੁ ਅਤੇ ਫਿਰ ਮੈਂ ਇੱਕ ਪਾਠ ਹਜੇ ਆਪ ਕਰਕੇ ਰੱਖਿਆ ਉਹ ਮੈਂ ਸ਼ੇਅਰ ਕਰ ਲਵਾਂ ਕਿ ਨਾ ਕਰ ਲਵਾਂ ਜਿਹਨੂੰ 20-25 ਸਾਲ ਹੋ ਗਏ ਉਸ ਪਾਠ ਦਾ ਭੋਗ ਨਹੀਂ ਅਜੇ ਤਾਂ ਹੀ ਪਾਇਆ ਉਹ ਸਲੋਕਾਂ 'ਤੇ ਛੱਡਿਆ ਹੈ ਅਤੇ ਮੈਂ ਅਰਦਾਸ ਕੀਤੀ ਸੀ ਵੀ ਸੱਚੇ ਪਾਤਸ਼ਾਹ ਇਸ ਪਾਠ ਦਾ ਭੋਗ ਆਪ ਕੀ ਵਾਰ ਬਖਸ਼ ਬੰਦੇ ਕੋ ਬਹੁਤ ਨਾ ਪਹੁੰਚਿਆ ਫੇਰਾ ਮੇਰੇ ਇਸ ਸੰਸਾਰ ਤੋਂ ਜਾਣ ਤੋਂ ਮਗਰੋਂ ਪਾਉਣ ਦੀ ਆਗਿਆ ਦਿਓ ਸੋ ਉਹ ਹਜੇ ਪੈਂਡਿੰਗ ਆ ਪਾਠ ਅਤੇ ਬਾਕੀ ਤੁਸੀਂ ਦੇਖ ਲਓ ਵੀ ਮੈਂ ਕਿੰਨਾ ਕਮਿਊਨਿਸਟ ਹਾਂ ਇਹਨਾਂ ਦਾ ਇਹਨਾਂ ਨੂੰ ਜਵਾਬ